साढ़े मानयोग डीजीपी श्री गौरव यादव साहब की रहनुमाई जिहड़ा एक कंपेन चल रहा है साढ़े मुख्यमंत्री साहब वालों बड़े सख्त दिशा निर्देश ने कि किसी भी ऐसे एलीमेंट नूं बख्शा ना जाए जिहड़ा कानून की उलंघना करता हो। उस लड़ी च अज बड़ी वड्डी सफलता पंजाब पुलिस नूं मिली है कि भजन तो बाद अमृतपाल सिंह उन्हां दा जिहड़ा मेन साथी है जोगा सिंह उन्हूं असीं अज गिरफ्तार किया। यह अमृतसर पुलिस रूरल इन्हां दी लीड टीम सीगी जिहदे नाल ज्वाइंट टीम बनी होशियारपुर दी होशियारपुर पुलिस दी। अज इहनू दुपहर वेले गिरफ्तार किया गया। ये व्यक्ति वो है जदों ये इत्थों फरार होए ने पबलप्रीत ते अमृतपाल ते उस समय पंजाब च बाहर जाण तों बाद जिहड़ियां 18 ते रहे वो मेन जिहड़ियां पहलियां 18 ते रहे वो पबलप्रीत वल्लों दित्तियां गईआं सी। जोगा सिंह पहला व्यक्ति सी जिहड़ा सीधा अमृतपाल उहनां दे कंटैक्ट च सी जिन्हें इन्हां नूं उत्थे रहण दा पीलीभीत दे विच रख्या गड्डियां मुहैया कीतियां ते वापस पंजाब च लैके आया। उस दी गिरफ्तारी नाल अज दुपहरे होई है उहनूं असीं पुछताछ करांगे। उस तों जो लीड्स होईआं ਉਹਨਾਂ ਦੇ ਬੇਸ ਤੇ ਅੱਗੇ ਅਸੀਂ ਕਾਰਵਾਈ ਕਰਾਂਗੇ। ਸਰ ਪੀਲੀਭੀਤ ਤੋਂ ਇਹ ਪੰਜਾਬ ਫਗਵਾੜੇ ਬਾਈ ਕਾਰ ਚੜਵਾਏ ਸੀ। ਯੈਸ ਤੇ ਸਰ ਹੋਰ ਵੀ ਲੋਕ ਸ਼ਾਮਲ ਸੀ ਕਿ ਕੱਲਾ ਇਹੋ ਹੀ ਸੀਗਾ? ਜਿਸ ਦਿਨ 28th ਨੂੰ ਹੁਸ਼ਿਆਰਪੁਰ ਚ ਚਾਰ ਵਿਅਕਤੀ ਸੀਗੇ ਅੰਮ੍ਰਿਤਪਾਲ ਪਪਲਪ੍ਰੀਤ ਜੋਗਾ ਸਿੰਘ ਤੇ ਗੁਰਸਨ ਅੰਮ੍ਰਿਤਪਾਲ ਨੂੰ ਛੱਡ ਕੇ ਬਾਕੀ ਤਿੰਨੋਂ ਗ੍ਰਿਫਤਾਰ ਹੋ ਚੁੱਕੇ। ਸਰ ਇਹਨੇ ਕੀ ਡਿਟੇਲਸ ਦਿੱਤੀ ਅੰਮ੍ਰਿਤਪਾਲ ਦੀ ਕਿ ਹਜੇ ਤੱਕ ਗ੍ਰਿਫਤਾਰ ਕੀਤਾ? ਰੂਬਰੂ ਹੋਣਾ ਜਾ ਕੇ ਤੁਹਾਨੂੰ ਇਸ ਲਈ ਪ੍ਰੈਸ ਕਾਨਫਰੰਸ ਪਹਿਲਾਂ ਕੀਤੀ ਹੈ ਅਸੀਂ, ਫਿਰ ਬਾਅਦ ਚ ਕਿਆ ਸਰਾਈਆਂ ਲੱਗਣ ਲੱਗ ਜਾਂਦੀਆਂ ਨੇ, ਫਿਰ ਨਵੀਆਂ ਨਵੀਆਂ ਗੱਲਾਂ ਜਿਹੜੀਆਂ ਨਹੀਂ ਵੀ ਹੁੰਦੀਆਂ ਉਹ ਵੀ ਛਪਣ ਲੱਗ ਜਾਂਦੀਆਂ ਨੇ। ਉਹ ਡਿਟੇਲਸ ਦਵਾਂਗੇ। ਇਹਦੇ ਚ ਤਾਂ ਤੁਸੀਂ ਬਿਹਤਰ ਜਵਾਬ ਦੇ ਸਕਦੇ ਹੋ। ਕੁਛ ਸਾਥੀ ਹੈਗੇ, ਅਸੀਂ ਤਫਤੀਸ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕਈ ਡਿਟੇਲ ਤੁਹਾਡੇ ਨਾਲ ਨਹੀਂ ਸਾਂਝੀਆਂ ਕਰਦੇ। ਉਸੇ ਦਾ ਨਤੀਜਾ ਕਿ ਸਾਨੂੰ ਕਾਮਯਾਬੀ ਮਿਲ ਰਹੀ ਹੈ। ਪਹਿਲਾਂ ਪਪਲਪ੍ਰੀਤ ਦੀ ਮਿਲੀ, ਹੁਣ ਇਹਦੀ ਮਿਲੀ ਹੈ। ਜੋਗਾ ਸਿੰਘ ਦੀ ਫੋਟੋ ਤੁਹਾਨੂੰ ਕਰ ਦਿੰਦੇ ਹਾਂ। ਜੋਗਾ ਸਿੰਘ ਇਹ ਨਹੀਂ, ਜੋਗਾ ਸਿੰਘ ਤੇ ਨਹੀਂ ਐਨਐਸਸੀ। ਜੋਗਾ ਸਿੰਘ ਤੇ ਇੱਕ ਐਫ ਆਈ ਆਰ ਦਰਜ ਹੋਈ ਹੈ ਹੁਸ਼ਿਆਰਪੁਰ 28 ਤਰੀਕ ਨੂੰ, ਜਿਹਦੇ 212, 279, 120 ਆਰਮਸ ਐਕਟ ਇਹ ਧਾਰਾ ਲੱਗਿਆ। ਹਜੇ ਗ੍ਰਿਫਤਾਰ ਹੋਇਆ, ਪੁੱਛਤਾਛ ਤੋਂ ਬਾਅਦ ਤੁਹਾਨੂੰ ਆਰਮਸ ਐਕਟ ਉੱਥੇ ਪਰਚਾ ਜਿਹੜਾ ਦਰਜ ਹੋਇਆ, ਜੋ ਉੱਥੇ ਕਾਰਵਾਈ ਹੋਈ ਹੈ ਉਹਦੇ ਦੌਰਾਨ ਜੋ ਗਤੀਵਿਧੀ ਸੀ ਉਹਦੇ ਮੁਤਾਬਕ ਲੱਗਾ। ਇੰਨਾ ਵੱਡਾ ਬੰਦਾ ਪਿਆਰ ਨਾਲ ਗ੍ਰਿਫਤਾਰੀ ਉਹਨੇ ਦਿੱਤੀ ਨਹੀਂ ਹੋਣੀ। ਕਿਹਾ ਉਹ ਜੇ ਫੜ ਲਓ ਮੈਨੂੰ, ਕੁਛ ਨਾ ਕੁਛ ਤੇ ਐਕਸ਼ਨ ਹੋਇਆ ਹੀ ਹੋਣਾ ਨਾ ਜੀ, ਸਾਰਾ ਕੁਛ ਕੀਤਾ ਹੋਣਾ, ਚੱਕਰ ਵੀ ਬਣਾਇਆ ਹੋਣਾ ਪੁਲਿਸ ਨੇ। ਪੁਲਿਸ ਦਾ ਚੱਕਰ ਵੀ ਉਹ ਦੱਸਿਆ ਤੁਹਾਨੂੰ ਵੀ ਹਰਿਆਣਾ 'ਚ ਅਸੀਂ ਦਬਿਸ਼ ਦੇ ਰਹੇ ਸੀ, ਸਾਨੂੰ ਟਿਕਾਣੇ ਦੇ ਪਤਾ ਚੱਲ ਰਹੇ ਸੀ, ਉੱਥੋਂ ਜਿਵੇਂ ਚੂਹਾ ਨਿਕਲਦਾ ਉੱਥੋਂ ਨਿਕਲਿਆ। ਕਿਆ ਕਿਆ ਕਰ ਹਾਂਜੀ, ਇਹ ਆਪਣਾ ਜਿੱਦਾਂ ਡੀ ਏ ਸਾਹਿਬ ਨੇ ਦੱਸਿਆ ਕਿ ਪੰਜਾਬ 'ਚ ਇਹਨੂੰ ਅੰਮ੍ਰਿਤਪਾਲ ਨੂੰ ਦੁਬਾਰਾ ਲਿਆਉਣ ਵਾਲਾ ਜੋਗਾ ਸਿੰਘ ਹੀ ਸੀ। ਸੋ ਇਹ ਜੋਗਾ ਸਿੰਘ ਹੀ ਇਹਨੂੰ 27 ਤਰੀਕ ਦੇ ਕਰੀਬ ਦੁਬਾਰਾ ਪੰਜਾਬ 'ਚ ਲੈ ਕੇ ਆਇਆ ਅਤੇ 28 ਤਰੀਕ ਨੂੰ ਇਹ ਇਕੱਠੇ ਸੀ, ਇਕੱਠੇ ਹੀ ਰਹੇ ਜੀ, 27 ਨੂੰ ਵੀ ਇਕੱਠੇ ਰਹੇ, 28 ਨੂੰ ਵੀ ਇਕੱਠੇ। ਕਿੱਥੋਂ ਦਾ ਰਹਿਣ ਵਾਲਾ? ਜੋਗਾ ਸਿੰਘ ਇਜ਼ ਸਨ ਆਫ ਰਤਨ ਸਿੰਘ।
ਇਹ ਲੁਧਿਆਣਾ ਡਿਸਟ੍ਰਿਕਟ ਦਾ ਰਹਿਣ ਵਾਲਾ ਪਿੱਛੋਂ, ਪਰ ਅੱਜ ਹਾਲ ਦੀ ਘੜੀ ਇਹ ਯੂਪੀ 'ਚ ਰਹਿ ਰਿਹਾ ਸੀ, ਪੀਲੀਭੀਤ ਦੇ ਇਲਾਕੇ 'ਚ। ਉੱਥੇ ਇੱਕ ਗੁਰਦੁਆਰਾ ਸਾਹਿਬ, ਉੱਥੇ ਡੇਰਾ ਸਾਹਿਬ ਦਾ ਇੱਕ ਦਾ ਇੰਚਾਰਜ ਬਣਿਆ ਹੋਇਆ ਸੀ। ਹੈਂਜੀ, ਉਹ ਹੁਣ ਤਫਤੀਸ਼ ਕਰਾਂਗੇ, ਹਜੇ ਪਕੜਿਆ। ਆ ਕਿਸੇ ਡੇਰੇ 'ਚ ਰਹਿ ਰਿਹਾ ਸੀ ਉੱਥੇ ਪਿਛਲੇ ਕਾਫੀ ਦਿਨ। ਜਿਹੜੀ ਹੋਈ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ, ਜਿਹੜੀ ਤੁਹਾਡੇ ਨਾਲ ਹੁਸ਼ਿਆਰਪੁਰ ਤੋਂ ਨਹੀਂ ਹੋਈ ਹੈ ਸਰਹੰਦ ਅੰਮ੍ਰਿਤਸਰ ਪੁਲਿਸ ਦਾ ਲੀਡ ਸੀ, ਅੰਮ੍ਰਿਤਸਰ ਪੁਲਿਸ ਦਾ ਜੁਆਇੰਟ ਆਪਰੇਸ਼ਨ ਸੀ। ਇਹ ਸਾਰੇ ਦੀ ਸਾਰੀ ਕਾਰਵਾਈ ਅੰਮ੍ਰਿਤਸਰ ਰੂਰਲ ਪੁਲਿਸ ਦੀ ਚੱਲ ਰਹੀ ਸੀ। ਉਹਦੇ ਵਿੱਚ ਜੁਆਇੰਟ ਪਾਰਟੀ ਸੀਗੀਆਂ ਲੱਗੀਆਂ ਹੋਈਆਂ ਹੁਸ਼ਿਆਰਪੁਰ ਦੇ ਨਾਲ। ਉਹਦੇ ਤਹਿਤ ਅਸੀਂ ਦਬਿਸ਼ ਦਿੱਤੀ ਹਰਿਆਣਾ ਸਾਈਡ, ਜਿੱਥੇ ਦੀਆਂ ਉਹ ਆ ਰਹੀਆਂ ਸੀ, ਉੱਥੋਂ ਨਿਕਲ ਕੇ ਆਇਆ ਅਤੇ ਸਾਡੀ ਪਾਰਟੀ ਨੇ ਉੱਥੇ ਅਰੈਸਟ ਕਰ ਲਿਆ ਉਹਨੂੰ। ਕਿਸੀ ਵਕੀਲ ਕੇ ਵੀ ਪਗਲੇ ਜਾਣ ਕੀ ਖਬਰ ਹੈ ਕਿਆ? ਜੋ ਖਬਰ ਮੈਨੇ ਆਪਸੇ ਸਾਂਝੀ ਕਰਨੀ ਥੀ ਵੋ ਕਰ ਲਈ ਹੈ। ਥੈਂਕ ਯੂ।